ਤੁਸੀਂ 100% ਤੇ ਗੱਲ ਕਰ ਦਿੱਤੀ ਹੈ, 100% ਕਿੱਦਾਂ ਹੋ ਸਕਦਾ? ਤੁਸੀਂ ਕਹਿ ਰਹੇ ਹੋ 100% ਵੀਜ਼ਾ ਲੱਗਦਾ ਹੀ ਲੱਗਦਾ, ਅਸੀਂ ਆਪ ਰਿਫਿਊਜ਼ ਹੁੰਦੇ ਆ, ਬੜੇ ਬੱਚੇ ਦੇਖੇ ਆ, ਬੜੇ ਬੱਚੇ ਰੋਂਦੇ ਆ ਦੇਖੇ, ਅਸੀਂ ਤਾਂ ਇੱਥੇ ਤੱਕ ਕਿ ਕਈਆਂ ਦੇ 7 ਬੈਂਡ ਸੀਗੇ ਉਹ ਵੀ ਰਿਫਿਊਜ਼ ਹੁੰਦੇ ਆ ਦੇਖਿਆ। ਹੁਣ ਜੇ ਕਿਸੇ ਨੂੰ ਫਾਈਲ ਲਾਣੀ ਨਹੀਂ ਆਉਂਦੀ ਉਹ 'ਚ ਸਾਡਾ ਕਸੂਰ ਨਹੀਂ ਹੈਗਾ, ਤੁਸੀਂ ਕੀ ਕਹਿੰਦੇ ਤਾਂ ਲਾਣੀ ਆਉਂਦੀ ਹੈ, ਨਹੀਂ ਕਈਆਂ ਨੂੰ ਲਾਣੀ ਆਉਂਦੀ ਹੈ, ਬੜਿਆਂ ਨੂੰ ਲਾਣੀ ਆਉਂਦੀ ਹੈ, ਅਸੀਂ ਤੇ ਇੰਨੀ ਵੀ ਗਰੰਟੀ ਕਰਦੇ ਹਾਂ ਤੁਹਾਡਾ ਵੀਜ਼ਾ ਨਾਲ ਲੈ ਕੇ ਦੇ ਸਕੇ, ਅਸੀਂ 50,000 ਰੁਪਇਆ ਉੱਥੋਂ ਦੇਵਾਂਗੇ। ਤੁਸੀਂ 50,000 ਕਿੱਥੋਂ ਉੱਥੋਂ ਦੇਖ ਲਓ ਭਾਜੀ, ਆਪਣਾ ਨੁਕਸਾਨ ਤੁਸੀਂ ਕਿੱਥੋਂ ਕਰਾ ਲਓ? ਭਾਜੀ ਬਿਲਕੁਲ ਜ਼ਰੂਰ ਕਰਾਂਗੇ, ਅਸੀਂ ਐਫੀਡੇਵਿਟ ਤੇ ਲਿਖ ਕੇ ਦਿੰਦੇ ਹਾਂ, ਜਾਂ ਤੁਹਾਨੂੰ ਵੀਜ਼ਾ ਲੈ ਕੇ ਦੇਵਾਂਗੇ, ਨਹੀਂ ਤੇ 50,000 ਰੁਪਇਆ ਉੱਥੋਂ ਦੇਵਾਂਗੇ। ਨਹੀਂ ਨਹੀਂ ਤੁਸੀਂ ਕਹਿ ਦਿੰਦੇ ਹੋ ਵੀ 50,000 ਤੁਹਾਨੂੰ ਵਾਪਸ ਲਓਗੇ, ਫਿਰ ਵਾਪਸ ਦੇਵਾਂਗੇ, ਫਿਰ ਤਾਂ ਇਹ ਗੱਲ ਹੋ ਗਈ, ਮੈਨੂੰ ਲੱਗਦਾ ਵੀ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਵੀ ਮੋਟੇ ਲੈਂਦੇ ਹੋਗੇ। ਨਹੀਂ ਫਿਰ ਤਾਂ 25 ਲੱਖ ਵਾਲੇ ਵੀਜ਼ੇ ਤੇ 35 ਲੱਖ ਲੈਂਦੇ ਹੋਗੇ ਜਾਂ 40 ਲੱਖ ਲੈਂਦੇ ਹੋਗੇ। ਨਹੀਂ ਨਹੀਂ ਭਾਜੀ, ਜੋ ਐਕਚੁਅਲ ਫੀਸਾਂ ਹੈਗੀਆਂ, ਜੋ GIC ਹੈ, ਟਿਊਸ਼ਨ ਫੀਸ ਹੈ, ਅੰਬੈਸੀ ਫੀਸ ਹੈ, ਮੈਡੀਕਲ ਫੀਸ ਹੈ, ਅਸੀਂ ਕੋਈ ਬਹੁਤ ਜ਼ਿਆਦਾ ਪੈਸੇ ਨਹੀਂ ਲੈਂਦੇ ਹੈਗੇ, ਬਟ ਟਿਲ ਡੇਟ ਅੰਬੈਸੀ ਦਾ ਜਿਹੜਾ ਸਕਸੈਸ ਰੇਟ ਜੋ ਹੈਗਾ ਉਹ ਵਧੀਆ ਹੈ। ਜੇ ਵੀਜ਼ਾ ਤੁਹਾਡਾ 100% ਆ ਰਿਹਾ ਜਾਂ 90% ਤੋਂ ਉੱਪਰ ਆ ਰਿਹਾ ਤਾਂ ਉਸ ਚੀਜ਼ ਦੀ ਨੌਬਤ ਹੀ ਨਹੀਂ ਆ ਰਹੀ ਨਾ। ਪੰਜਾਬ 'ਚ ਵੱਡੇ ਵੱਡੇ ਫੰਨੇ ਖਾਂ ਬੈਠੇ ਨੇ ਜਿਹੜੇ ਐਡੀਆਂ ਐਡੀਆਂ ਫਾਈਲਸ ਲਗਾਉਂਦੇ, ਉਹ ਤੱਕ 90% ਕਹਿ ਦਿੰਦੇ ਆ, 99% ਕਹਿ ਦਿੰਦੇ ਆ। ਮੈਂ ਤਾਂ ਪਿਛਲੀ ਵਾਰ ਵੀ ਤੁਹਾਡੇ ਮੂੰਹ ਤੋਂ 100% ਸੁਣਿਆ, ਹੁਣ ਵੀ ਤੁਸੀਂ 100% ਕਹਿ ਰਹੇ ਹੋ, ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਇਮੀਗ੍ਰੇਸ਼ਨ ਦੀਆਂ ਇੰਟਰਵਿਊਜ਼ ਕਰ ਲਿਆ ਹੋਣਗੇ। ਟਿਲ ਡੇਟ ਸਾਡਾ ਸਟੱਡੀ ਦੇ ਵਿੱਚ 100% ਸਕਸੈਸ ਰੇਟ ਹੈ, ਵਿਜ਼ਟਰ ਵੀਜ਼ੇ ਦੇ ਵਿੱਚ ਸਾਡਾ ਆਲਮੋਸਟ 90% ਸਕਸੈਸ ਰੇਟ। ਮੈਂ ਆਫਿਸ ਆ ਕੇ ਚੈੱਕ ਕਰ ਲੈਣਾ ਜ਼ਰੂਰ, ਮੈਂ ਅਗਲੀ ਵੀਡੀਓ 'ਚ ਆਫਿਸ ਆ ਜਾਣਾ। ਮੋਸਟ ਵੈਲਕਮ, ਜਦੋਂ ਮਰਜ਼ੀ ਆਓ ਭਾਜੀ, ਅਸੀਂ ਤੇ ਆਪ ਕਹਿੰਦੇ ਮੈਨੂੰ ਕੋਈ ਬੱਚਾ ਮਿਲ ਗਿਆ ਨਾ ਜਿਹੜੇ ਰਿਫਿਊਜ਼ ਹੋਇਆ, ਮੈਂ ਵੀਡੀਓ ਕਰ ਦੇਣੀ ਅਗਲੀ ਭਾਜੀ, ਜ਼ਰੂਰ ਕਰਨੀ ਚਾਹੀਦੀ। ਮਹੀਨੇ ਦਾ ਇੱਕ ਵੀਜ਼ਾ ਤਾਂ ਨਹੀਂ ਲਵਾਉਂਦੇ ਕਿੱਥੇ, ਜੇ ਕਹਿੰਦੇ ਮੈਂ ਮੇਰੀ ਰਿਫਿਊਜ਼ਲ ਨਹੀਂ। ਭਾਜੀ ਮੇਰਾ ਪੇਜ ਦੇਖੋ ਨਾ, ਹਰ ਮਹੀਨੇ ਕਿੰਨੇ ਵੀਜ਼ੇ ਲੱਗ ਰਹੇ, ਮਹੀਨੇ ਦਾ ਇੱਕ ਵੀਜ਼ਾ ਥੋੜ੍ਹੀ ਲਗਵਾ ਰਿਹਾ, ਜੇ ਹਰ ਮਹੀਨੇ ਬੱਚੇ ਆਪ ਬੋਲ ਕੇ ਦੱਸ ਰਹੇ ਮੈਂ ਇਹਨਾਂ ਕੋਲੋਂ ਵੀਜ਼ਾ ਲਵਾਇਆ, ਓਬਵੀਅਸਲੀ ਗੱਲ ਹੈ ਜਿਹਦਾ ਲੱਗ ਗਿਆ ਉਹ ਤਾਂ ਦਿਖਾ ਦਿੰਦੇ ਹੋ, ਜਿਹਦਾ ਨਹੀਂ ਲੱਗਿਆ ਉਹ ਥੋੜ੍ਹੀ ਨਾ ਦਿਖਾ। ਭਾਜੀ ਉਹ ਕਮੈਂਟ ਕਰਕੇ ਤਾਂ ਦੱਸੂਗਾ ਹੀ ਨਾ, ਕਮੈਂਟ ਤਾਂ ਪਿਛਲੀ ਵਾਰੀ ਵੀ ਬੜੇ ਪੁੱਠੇ ਸਿੱਧੇ ਵੀ ਆਏ ਸੀ, ਡਿਲੀਟ ਤਾਂ ਚਲੋ ਅਸੀਂ ਤੁਹਾਡੀ ਵੀ, ਮੈਂ ਕਹਿੰਦਾ ਬੜਾ ਆਪਣਾ, ਤੁਸੀਂ ਵੀ ਨਹੀਂ ਕਿਹਾ ਵੀ ਡਿਲੀਟ ਕਰੋ, ਡਿਲੀਟ ਤਾਂ ਅਸੀਂ ਵੀ ਨਹੀਂ ਕੀਤੇ। ਥੱਲੇ ਲੋਕੀ ਕਰਦੇ ਨੇ, ਥੱਲੇ ਲੋਕੀ ਕਹਿੰਦੇ ਆ ਠੱਗ ਨੇ, ਥੱਲੇ ਲੋਕੀ ਕਹਿੰਦੇ ਆ ਪੈਸੇ ਲੁੱਟਦੇ ਨੇ, ਸਾਰੇ ਏਜੰਟਸ ਨੂੰ ਹੀ ਕਹਿ ਦਿੰਦੇ ਆ ਗੱਲ ਵੀ ਇਹਨਾਂ ਨੇ ਪੰਜਾਬ ਖਾਲੀ ਕਰਤਾ। ਭਾਜੀ ਮੈਨੂੰ ਇੱਕ ਗੱਲ ਦੱਸੋ, ਮੈਂ ਕਿਸੇ ਨੂੰ ਧੱਕੇ ਨਾਲ ਭੇਜ ਸਕਦਾ? ਜਿਹਨੇ ਨਹੀਂ ਜਾਣਾ ਉਹ ਮੇਰੇ ਕੋਲ ਥੋੜ੍ਹੀ ਆਊਗਾ, ਕਲਾਇੰਟ ਆਪ ਚੱਲ ਕੇ ਆਉਂਦਾ, ਜਿਹਨੇ ਨਹੀਂ ਜਾਣਾ ਉਹਨੂੰ ਮੈਂ ਕਿੱਦਾਂ ਭੇਜ ਸਕਦਾ? ਪੈਸੇ ਤੁਸੀਂ ਲੈਂਦੇ ਨਹੀਂ, ਜੇ ਫੀਸ ਜੇ ਵੀਜ਼ਾ ਨਾਲ ਲੱਗੇ ਤਾਂ 50,000 ਰੁਪਇਆ ਵੀ ਦੇ ਦਿੰਦੇ ਹੋ, ਆਪਣੇ ਪੱਲੇ ਉਹ ਫੀਸ ਭਰ ਰਹੇ ਹੋ, ਆਪਣੇ ਪੱਲੇ ਉਹ GIC ਦੇ ਰਹੇ ਹੋ, ਐਡੇ ਪੈਸੇ ਆ ਕਿੱਥੋਂ ਰਹੇ ਨੇ ਫਿਰ? ਆਪਣੇ ਕੰਮ 'ਤੇ ਭਰੋਸਾ ਹੋਣਾ ਚਾਹੀਦਾ, ਮੈਨੂੰ ਆਪਣੇ ਕੰਮ 'ਤੇ ਭਰੋਸਾ, ਮੈਂ ਜਿਹੜੀ ਫਾਈਲ ਲਾ ਰਿਹਾ ਉਹਦੇ ਵੀਜ਼ੇ ਲੈ ਰਿਹਾ, ਮੈਂ ਨਹੀਂ ਕਹਿ ਰਿਹਾ ਮੈਂ ਬਹੁਤ 100 'ਚ ਫਾਈਲਾਂ ਲਾ ਰਿਹਾ, ਠੀਕ ਹੈ ਮੈਂ ਮਹੀਨੇ ਦੀਆਂ ਜੇ 15-20 ਫਾਈਲਾਂ ਵੀ ਲਾਉਂਦਾ, ਮੈਂ ਜਿੰਨੀਆਂ ਵੀ ਫਾਈਲਾਂ ਲਾ ਰਿਹਾ ਮੈਂ ਵੀਜ਼ੇ ਲੈ ਰਿਹਾ। ਤੁਹਾਨੂੰ ਇੱਕ ਗੱਲ ਪਤਾ, ਕੈਨੇਡਾ ਨੂੰ ਹੁਣ ਲੋਕ ਟਰੈਪ ਕਹਿਣ ਲੱਗ ਗਏ ਆ, ਵੀ ਵੱਡੀਆਂ ਵੱਡੀਆਂ ਤਸਵੀਰਾਂ ਦਿਖਾ ਕੇ, ਵੀ ਉੱਥੇ ਇੰਨਾ ਕੁਛ ਦਿਖਾ ਕੇ ਬੱਚਿਆਂ ਨੂੰ ਉੱਥੇ ਇਹ ਦਿਮਾਗ 'ਚ ਪਵਾ ਦਿੱਤਾ ਜਾਂਦਾ ਵੀ ਤੁਹਾਡਾ ਫਿਊਚਰ ਜਿਹੜਾ ਉੱਥੇ ਹੀ ਆ। ਇਮੀਗ੍ਰੇਸ਼ਨ ਐਕਸਪਰਟ ਸਿੱਧੀ ਤਰੀਕੇ ਨਾਲ ਗੱਲ ਹੈ ਕਹਿ ਦਿੰਦਾ, ਵੀਡੀਓਜ਼ ਦੇਖਦੇ ਨੇ, ਬੱਚੇ ਨੂੰ ਤਾਂ ਐਂ ਲੱਗਦਾ ਵੀ ਪਤਾ ਨਹੀਂ ਉੱਥੇ ਜਾ ਕੇ ਉਹ ਕਿੱਥੇ ਪਹੁੰਚ ਜੂਗਾ, ਉੱਥੇ ਜਾ ਕੇ ਸਿੱਧਾ ਉਹਨੇ ਟੈਸਲਾ ਲੈ ਲੈਣੀ ਆ, ਉਹਨੇ ਸਭ ਕੁਛ ਲੈ ਲੈਣਾ, ਅਤੇ ਉੱਥੇ ਪਹੁੰਚਦੇ ਹੋਏ ਟ੍ਰੈਪ 'ਚ ਜਾ ਕੇ ਫਸ ਜਾਂਦਾ ਸਿੱਧਾ ਹੀ। ਪਹਿਲਾਂ ਬੱਚੇ ਨੂੰ 1-2 ਸਾਲ ਚੰਗੀ ਤਰ੍ਹਾਂ ਮਿਹਨਤ ਕਰਨੀ ਪੈਣੀ ਹੈ, ਸੈਟਲ ਹੋਣਾ ਪੈਣਾ। ਤੁਸੀਂ ਕਿਸੇ ਵੀ ਕੰਟਰੀ ਚਲ ਜਾਓ, ਜਾਂਦੇ ਆ ਪਹਿਲੇ ਦਿਨ ਨਹੀਂ ਸੈਟ ਹੋ ਜਾਣਾ, ਕੋਈ ਉੱਥੇ ਜਾ ਕੇ ਪੇਡ ਨਹੀਂ ਲੱਗਾ ਹੋਇਆ, ਮੇਰੇ ਕੋਲ ਨਹੀਂ ਲੱਗਾ ਪਰ ਉੱਥੇ ਵੀ ਪੇਡ ਨਹੀਂ ਲੱਗਾ ਹੋਇਆ, ਤੁਸੀਂ ਜਾ ਕੇ ਪੈਸੇ ਵੱਢ ਲੈਣੇ ਆ। ਪਹਿਲਾਂ ਤੁਹਾਡੀ ਹਾਰਡਕੋਰ ਸਟਰਗਲ ਹੈਗੀ ਹੈ, ਤੁਸੀਂ ਸਟਰਗਲ ਕਰੋਗੇ ਉੱਥੇ ਸੈਟਲ ਹੋਵੋਗੇ, ਉਸ ਤੋਂ ਬਾਅਦ 2 ਪੈਸੇ ਕਮਾ ਸਕਦੇ ਹੋ। ਆਪਣੇ ਬੱਚੇ ਨੂੰ ਭੇਜੋਗੇ ਬਾਹਰ ਕਦੇ? ਕਿਉਂ ਨਹੀਂ ਭਾਜੀ, ਜ਼ਰੂਰ ਭੇਜਾਂਗੇ, ਪੜ੍ਹਾਂ ਭੇਜਾਂਗੇ, ਇਹ ਨਹੀਂ ਕਹਾਂਗਾ ਤੂੰ ਸੈਟਲ ਹੋ। ਕਈ ਮੇਰੇ ਲੋਨ ਹੀ ਹੈ, ਕੋਈ ਕਹਿੰਦਾ ਮੈਂ 35 ਲੱਖ ਦਾ ਲੋਨ ਲਿਆ, ਕੋਈ ਕਹਿੰਦਾ ਮੈਂ 20 ਲੱਖ ਦਾ ਲੋਨ ਲਿਆ, ਕੋਈ ਕਹਿੰਦਾ ਮੈਂ 25 ਲੱਖ ਦਾ ਲੋਨ ਲਿਆ। ਜਿਹਦੇ ਕੋਲ ਪੈਸਾ ਹੈ ਨਹੀਂ ਉਹ ਇੱਥੋਂ ਲੋਨ ਲੈ ਕੇ ਜਾ ਰਿਹਾ, ਅੱਗੇ ਉਹਨੂੰ ਜੋਬ ਨਹੀਂ ਮਿਲ ਰਹੀ, ਅੱਗੇ ਜਿਹੜਾ ਉਹ ਫਰਸਟ੍ਰੇਟ ਹੋ ਰਿਹਾ। ਮੈਂ ਨਾ ਤੁਹਾਨੂੰ ਪਹਿਲੀ ਗੱਲ ਇਹ ਕਹੀ, ਜਾਂਦੇ ਆ ਸੈਟਲਮੈਂਟ ਨਹੀਂ ਹੈਗੀ, ਕੁਛ ਟਾਈਮ ਲੱਗੂਗਾ।
ਕੋਈ ਵੀ ਬੰਦਾ ਮਿਹਨਤੀ ਹੈ ਜੀ ਉੱਥੇ ਜਾ ਕੇ ਕੰਮ ਕਰ ਰਿਹਾ, ਜਿਹੜਾ ਅੱਜ ਤੋਂ 5 ਜਾਂ 7 ਸਾਲ ਪਹਿਲਾਂ ਗਿਆ ਸੀ, ਮਿਹਨਤ ਕਰ ਰਿਹਾ, ਉਹਨੇ ਇੱਥੇ ਸਾਰੇ ਲੋਨ ਵੀ ਲਾ ਤੇ ਈਵਨ ਘਰਦਿਆਂ ਨੇ ਕੋਠੀ ਵੀ ਪਾ ਲਈ। ਨਾਲ ਅਸੀਂ ਇਹ ਥੋੜ੍ਹੀ ਕਹਿੰਦੇ ਤੁਸੀਂ ਕੈਨੇਡਾ ਜਾਓ, ਅਸੀਂ ਹਰ ਜਗ੍ਹਾ ਭੇਜਦੇ ਹਾਂ, ਅਸੀਂ UK ਭੇਜਦੇ ਹਾਂ, ਅਸੀਂ ਸ਼ੈਨਗਨ ਭੇਜਦੇ ਹਾਂ, ਅਸੀਂ USA ਭੇਜਦੇ ਹਾਂ, ਅਸੀਂ ਕੈਨੇਡਾ ਭੇਜਦੇ। ਅੱਜ ਤੋਂ 4 ਸਾਲ ਪਹਿਲਾਂ ਜਦੋਂ ਏਜੰਟਸ ਨੇ ਮੋਂਟਰੀਅਲ ਪ੍ਰਮੋਟ ਕੀਤਾ ਸੀ ਨਾ, ਹਾਂਜੀ, ਤੇ ਮੈਂ ਉਦੋਂ ਵੀਡੀਓਜ਼ ਦੇਖਦਾ ਹੁੰਦਾ ਸੀ, ਕਹਿੰਦੇ ਵੀ ਸਾਨੂੰ ਏਜੰਟਸ ਨੇ ਭੇਜ ਦਿੱਤਾ, ਆ ਦੇਖੋ ਇੱਥੇ ਰੋਡਸ ਟੁੱਟੀਆਂ ਆਈਆਂ, ਇੱਥੇ ਸਾਨੂੰ ਕੰਮ ਨਹੀਂ ਮਿਲਦਾ, ਇੱਥੇ ਸਵੇਰੇ ਉੱਠਦੇ ਹਾਂ ਸਾਨੂੰ ਕੰਮ ਨਹੀਂ ਮਿਲਦਾ, ਵਿਹਲੇ ਬੈਠੇ ਰਹਿੰਦੇ ਹਾਂ ਅਸੀਂ। ਅੱਜ ਸਿਨੈਰੀਓ ਬਿਲਕੁਲ ਅਲੱਗ ਹੈ, 4 ਸਾਲ ਆਏ ਜਿੱਥੇ ਜੋਬਸ ਆ ਗਈਆਂ ਭਾਜੀ, ਹੈਗੀਆਂ ਹੁਣ ਹੈਗੀਆਂ ਨਾ ਭਾਜੀ, ਡਿਵੈਲਪਮੈਂਟ ਹੋ ਗਈ ਨਾ, ਅੱਗੇ ਡਿਵੈਲਪਮੈਂਟ ਘੱਟ ਸੀ, ਤੁਸੀਂ ਖਾਣਾ ਹੈ, ਰਹਿਣਾ, ਹਰ ਇੱਕ ਚੀਜ਼ ਦੇ ਟਰਾਂਸਪੋਰਟੇਸ਼ਨ ਐਕਸਪੈਂਸਿਸ ਤਾਂ ਹੈ ਹੀ ਨਹੀਂ ਉੱਥੇ, ਜੇ ਬੰਦਾ ਘੱਟ ਵੀ ਕਮਾ ਰਿਹਾ ਤਾਂ ਵੀ ਜ਼ਿਆਦਾ ਵਧੀਆ ਸਰਵਾਈਵ ਆ। ਇਹ ਬੜਾ ਪ੍ਰਮੋਟ ਕਰਦੇ ਨੇ ਵੀ ਬੈਡ ਨਹੀਂ ਹੈਗਾ ਤਾਂ ਵੀ ਬਾਹਰ ਚਲੇ ਜਾਓ, ਕੁਛ ਨਹੀਂ ਹੈਗਾ ਤਾਂ ਵੀ ਬਾਹਰ ਚਲੇ ਜਾਓ। ਕੈਨੇਡਾ ਦੇ ਵਿਦਆਊਟ ਬੈਂਡ ਸਟੱਡੀ 'ਤੇ ਨਹੀਂ ਜਾਇਆ ਜਾ ਸਕਦਾ, ਜੇ ਕਿਸੇ ਬੱਚੇ ਨੇ UK ਜਾਣਾ, 6-7 ਸਾਲ ਦਾ ਗੈਪ ਪੈ ਚੁੱਕਾ ਹੈਗਾ +2 ਤੋਂ ਬਾਅਦ, ਅੱਛਾ, IELTS ਨਹੀਂ ਹੈਗੀ, ਇੰਟਰਵਿਊ ਨਹੀਂ ਦੇ ਸਕਦਾ, ਮੈਂ ਤੁਹਾਨੂੰ ਭੇਜ ਦੂੰਗਾ, 100% ਵੀਜ਼ਾ ਲਵਾ ਕੇ ਦਊਂਗਾ, ਵੀਜ਼ਾ ਨਹੀਂ ਲੱਗੇਗਾ, 50,000 ਇੱਥੋਂ ਦਊਂਗਾ। ਸਿਰਫ ਬੱਚੇ ਦੇ +2 'ਚ 40% ਮਾਰਕਸ ਹੋਣੇ ਚਾਹੀਦੇ ਆ, ਕੋਈ ਇੰਟਰਵਿਊ ਨਹੀਂ ਹੋਏਗੀ ਉਹਦੀ, ਨਾ ਮੈਸੀ ਵੱਲੋਂ ਹੋਏਗੀ, ਨਾ ਯੂਨੀਵਰਸਿਟੀ ਵੱਲੋਂ ਹੋਏਗੀ, 100% ਉਹਨੂੰ ਵੀਜ਼ਾ ਲਿਖ ਦੇ। ਉਹੋ ਜਿਹੀਆਂ ਯੂਨੀਵਰਸਿਟੀਆਂ ਦਾ ਨਹੀਂ ਜਿਹੜੀ ਕੈਨੇਡਾ ਦੇ ਵਿੱਚ ਸੀ, ਨਹੀਂ ਭਾਜੀ, ਪ੍ਰਾਈਵੇਟ ਜਿਹੜੀਆਂ ਉਹਨਾਂ ਨੇ ਹੁਣ ਕਹਿਤਾ ਵੀ ਅਸੀਂ ਦੇਣੇ ਨਹੀਂ ਹੈਗੇ। ਭਾਜੀ ਤੁਸੀਂ ਸੋਚ ਸਕਦੇ ਹੋ, ਜੇ ਬੱਚੇ ਦੀ ਫੀਸ £22,000 ਸਾਲ ਦੀ ਹੈ, 50% ਤੱਕ ਦੀ ਮੈਂ ਸਕਾਲਰਸ਼ਿਪ ਲੈ ਦੂੰਗਾ, ਮਤਲਬ 11 ਲੱਖ ਤੱਕ ਦੀ ਮੈਂ ਸਕਾਲਰਸ਼ਿਪ ਲੈ ਕੇ ਦੂੰਗਾ, ਮੈਂ ਇਹ ਚੀਜ਼ ਵੀ ਲਿਖ ਕੇ ਦੇ ਸਕਦਾ, ਇੱਥੋਂ ਤੱਕ ਦੀ ਮੈਂ ਸਕਾਲਰਸ਼ਿਪ ਲੈ ਦੂੰਗਾ ਬੱਚੇ ਦੇ ਅਕੈਡਮਿਕਸ ਦੇ ਅਕੋਰਡਿੰਗਲੀ, ਅਤੇ ਬੱਚੇ ਦੀ ਜਿਹੜੀ ਸਾਲ ਦੀ ਫੀਸ ਹੈਗੀ ਉਹ ਅੱਧੀ ਰਹੇਗੀ। ਇੱਦਾਂ ਦੇ ਮੈਂ ਬੜੇ ਬੱਚੇ ਭੇਜ ਚੁੱਕਾ ਜਿਨ੍ਹਾਂ ਨੂੰ ਮੈਂ ਆਲਰੇਡੀ 5-6 ਲੱਖ ਦੀ ਸਕਾਲਰਸ਼ਿਪ ਲੈ ਕੇ ਦੇ ਚੁੱਕਾ। ਏਜੰਟ ਜਿਹੜੇ ਆ ਕੁਛ ਗਲਤ ਹਿਸਾਬ ਦੇ ਨਾਲ ਵਾਧੂ ਪੈਸੇ ਲਈ ਜਾਂਦੇ ਨੇ ਭਾਜੀ, ਦੇਖੋ ਜਿਹੜਾ ਵੀਜ਼ਾ 20,000 ਚ ਹੁੰਦਾ ਉਹ ਵੀਜ਼ਾ ਦੇ 5-6 ਲੱਖ 20-20 ਲੱਖ ਰੁਪਇਆ ਇਸ ਤਰੀਕੇ ਨਾਲ ਲੈ ਜਾਂਦੇ ਨੇ। ਹੁਣ ਬੜੇ ਲੋਕੀ ਇੱਦਾਂ ਦੇ ਹੈਗੇ ਆ, ਅੰਬੈਸੀ ਤੱਕ ਫਾਈਲ ਹੀ ਨਹੀਂ ਲਗਾਉਂਦੇ, ਉੱਦਾਂ ਵੀ ਪੈਸੇ ਲਈ ਜਾਂਦੇ ਆ ਕਲਾਇੰਟਾਂ ਕੋਲੋਂ, ਬੜੇ ਇੱਦਾਂ ਦੇ ਹੈਗੇ, ਉਹਨਾਂ ਦਾ ਮਕਸਦ ਇਹ ਨਹੀਂ ਹੈ ਕਿ ਆਪਾਂ ਵੀਜ਼ਾ ਲੈ ਕੇ ਦੇਣਾ, ਸਿਰਫ ਫਾਈਲ ਅੰਬੈਸੀ 'ਚ ਲੈਣੀ ਹੈ, ਪਤਾ ਰਿਫਿਊਜ਼ਲ ਹੀ ਆਉਣੀ ਹੈ, ਬਟ ਉਹਨਾਂ ਦਾ ਗੋਲ ਆ ਸਿਰਫ ਫਾਈਲ ਲਾ ਕੇ ਪੈਸੇ ਕਮਾਉਣਾ। ਜਿਹੜੇ ਕੰਸਲਟੈਂਟ ਨੂੰ ਫਾਈਲ ਲਗਾਉਣੀ ਆਉਂਦੀ ਹੈ, ਬੜੇ ਕੰਸਲਟੈਂਟ ਤਾਂ ਫਾਈਲ ਆਪ ਹੀ ਨਹੀਂ ਲਗਾਉਂਦੇ, ਅੱਗਿਓਂ ਲਗਵਾਉਂਦੇ ਆ, ਓਵਰਆਲ 6 ਬੈਂਡ ਦੇ ਨਾਲ ਟਿਲ ਡੇਟ ਕੋਈ ਸਿੰਗਲ ਰਿਫਿਊਜ਼ਲ ਨਹੀਂ ਹੈਗੀ, 100% ਵੀਜ਼ਾ ਸਕਸੈਸ ਰੇਟ ਹੈ, ਅਸੀਂ ਤਾਂ ਇੰਨੀ ਵੀ ਗਰੰਟੀ ਕਰਦੇ ਹਾਂ ਤੁਹਾਡਾ ਵੀਜ਼ਾ ਨਾ ਲੈ ਕੇ ਦੇ ਸਕੇ, ਅਸੀਂ 50,000 ਰੁਪਇਆ ਉੱਥੋਂ ਦੇਵਾਂਗੇ, ਅਸੀਂ 100% ਵੀਜ਼ਾ ਲੈ ਕੇ ਦੇਵਾਂਗੇ। ਤੁਸੀਂ 50,000 ਕਿੱਥੋਂ ਉੱਥੋਂ ਦੇਖੋਗੇ ਭਾਜੀ, ਆਪਣਾ ਨੁਕਸਾਨ ਤੁਸੀਂ ਕਿੱਥੋਂ ਕਰਾ ਲਓ? ਭਾਜੀ ਬਿਲਕੁਲ ਜ਼ਰੂਰ ਕਰਾਂਗੇ, ਅਸੀਂ ਐਫੀਡੇਵਿਟ 'ਤੇ ਲਿਖ ਕੇ ਦਿੰਦੇ ਹਾਂ, ਜਾਂ ਤੁਹਾਨੂੰ ਵੀਜ਼ਾ ਲੈ ਕੇ ਦੇਵਾਂਗੇ, ਨਹੀਂ ਤਾਂ 50,000 ਰੁਪਇਆ ਉੱਥੋਂ ਦੇਵਾਂ। ਨਹੀਂ ਤੁਸੀਂ ਕਹਿ ਦਿੰਦੇ ਹੋ ਵੀ 50,000 ਤੁਹਾਨੂੰ ਵਾਪਸ ਲਓਗੇ, ਫਿਰ ਵਾਪਸ ਦੇਵਾਂਗੇ, ਫਿਰ ਤਾਂ ਇਹ ਗੱਲ ਹੋ ਗਈ, ਮੈਨੂੰ ਲੱਗਦਾ ਵੀ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਵੀ ਮੋਟੇ ਲੈਂਦੇ ਹੋਗੇ। ਨਹੀਂ, ਫਿਰ ਤਾਂ 25 ਲੱਖ ਵਾਲੇ ਵੀਜ਼ੇ ਦੇ 35 ਲੱਖ ਲੈਂਦੇ ਹੋਗੇ ਜਾਂ 40 ਲੱਖ ਲੈਂਦੇ ਹੋਗੇ। ਨਹੀਂ ਭਾਜੀ, ਜੋ ਐਕਚੁਅਲ ਫੀਸਾਂ ਹੈਗੀਆਂ, ਜੋ GIC ਹੈ, ਟਿਊਸ਼ਨ ਫੀਸ ਹੈ, ਅੰਬੈਸੀ ਫੀਸ ਹੈ, ਮੈਡੀਕਲ ਫੀਸ ਹੈ, ਇਹ ਸਾਰੇ ਖਰਚੇ ਪਾ ਕੇ ਇੱਕ ਨੋਮੀਨਲ 'ਚ ਸਾਡੇ ਸਰਵਿਸ ਚਾਰਜ ਹੈਗੇ ਆ, ਕੋਈ ਬਹੁਤ ਜ਼ਿਆਦਾ ਨਹੀਂ ਹੈਗੇ, ਅਸੀਂ ਕੋਈ ਬਹੁਤ ਜ਼ਿਆਦਾ ਪੈਸੇ ਨਹੀਂ ਲੈਂਦੇ ਹੈਗੇ, ਬਟ ਟਿਲ ਡੇਟ ਅੰਬੈਸੀ ਦਾ ਜਿਹੜਾ ਸਕਸੈਸ ਰੇਟ ਜੋ ਹੈਗਾ ਉਹ ਵਧੀਆ ਹੈਗਾ। ਫਿਰ 50,000 ਦੇ ਕੇ ਨੁਕਸਾਨ ਤਾਂ ਨਹੀਂ ਕਰਾਓਗੇ ਆਪਣਾ, ਤੁਸੀਂ ਵੀ ਅੱਗੋਂ ਬੰਦੇ ਰੱਖਿਆ, ਤੁਸੀਂ ਵੀ ਐਂਪਲੋਈ ਰੱਖਿਆ, ਸਭ ਕੁਝ ਰੱਖਿਆ। ਸਾਡੀ ਰਿਫਿਊਜ਼ਲ ਆ ਹੀ ਨਹੀਂ ਰਹੀ ਜਿਹੜੇ ਬੰਦੇ ਨੂੰ ਫਾਈਲ ਲਗਾਉਣੀ ਆਉਂਦੀ ਹੈ, ਜੇ ਵੀਜ਼ਾ ਤੁਹਾਡਾ 100% ਆ ਰਿਹਾ ਜਾਂ 90% ਤੋਂ ਉੱਪਰ ਆ ਰਿਹਾ, ਤੇ ਉਸ ਚੀਜ਼ ਦੀ ਨੌਬਤ ਹੀ ਨਹੀਂ ਆ ਰਹੀ ਨਾ, ਮੈਕਸੀਮਮ ਸਾਡੇ ਵੀਜ਼ੇ ਹੀ ਆ ਰਹੇ, ਜਿਨ੍ਹਾਂ ਦੇ ਵੀਜ਼ੇ ਆ ਰਹੇ ਆ ਆਪਾਂ ਉਹਨਾਂ ਕੋਲੋਂ ਤਾਂ ਕਮਾਈ ਕਰ ਰਹੀ ਹਾਂ, ਕਰ ਹੀ ਰਹੇ ਹਾਂ, ਕਾਲਜ ਸਾਨੂੰ ਕਮਿਸ਼ਨ ਦੇ ਹੀ ਰਿਹਾ। ਪੰਜਾਬ 'ਚ ਵੱਡੇ ਵੱਡੇ ਫੰਨੇ ਖਾਂ ਬੈਠੇ ਨੇ ਜਿਹੜੇ ਐਡੀਆਂ ਐਡੀਆਂ ਫਾਈਲਸ ਲਗਾਉਂਦੇ, ਉਹ ਤੱਕ 90% ਕਹਿ ਦਿੰਦੇ ਆ, 99% ਕਹਿ ਦਿੰਦੇ ਆ। ਮੈਂ ਤਾਂ ਪਹਿਲੀ ਵਾਰੀ, ਪਿਛਲੀ ਵਾਰ ਵੀ ਤੁਹਾਡੇ ਮੂੰਹ ਤੋਂ 100% ਸੁਣਿਆ, ਹੁਣ ਵੀ ਤੁਸੀਂ 100% ਕਹਿ ਰਹੇ, ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਇਮੀਗ੍ਰੇਸ਼ਨ ਦੀ ਇੰਟਰਵਿਊਸ ਕਰਨੀਆਂ ਹੋਣਗੀਆਂ। ਮੈਂ ਭਾਜੀ ਕੋਈ ਰੱਬ ਨਹੀਂ ਹੈਗਾ, ਹਾਂ, ਟਿਲ ਡੇਟ ਸਾਡਾ ਸਟੱਡੀ ਦੇ ਵਿੱਚ 100% ਸਕਸੈਸ ਰੇਟ ਆ, ਵਿਜ਼ਟਰ ਵੀਜ਼ੇ ਦੇ ਵਿੱਚ ਸਾਡਾ ਆਲਮੋਸਟ 90% ਸਕਸੈਸ ਰੇਟ। ਮੈਂ ਆਫਿਸ ਆ ਕੇ ਚੈੱਕ ਕਰ ਲੈਣਾ ਜ਼ਰੂਰ, ਮੈਂ ਅਗਲੀ ਵੀਡੀਓ 'ਚ ਆਫਿਸ ਆ ਜਾਣਾ। ਮੋਸਟ ਵੈਲਕਮ, ਜਦੋਂ ਮਰਜ਼ੀ ਆਓ ਭਾਜੀ,
ਅਸੀਂ ਤਾਂ ਆਪ ਕਹਿੰਦੇ ਮੈਨੂੰ ਕੋਈ ਬੱਚਾ ਮਿਲ ਗਿਆ ਨਾ ਜਿਹੜੇ ਰਿਫਿਊਜ਼ ਹੋਇਆ ਮੈਂ ਵੀਡੀਓ ਕਰ ਦੇਣੀ ਅਗਲੀ ਭਾਅ ਜੀ ਜ਼ਰੂਰ ਕਰਨੀ ਚਾਹੀਦੀ ਹੈ ਭਾਅ ਜੀ ਸਟੱਡੀ 'ਚ ਮੇਰੀ ਕੋਈ ਰਿਫਿਊਜ਼ਲ ਹੈ ਹੀ ਨਹੀਂ ਸਿੰਗਲ ਰਿਫਿਊਜ਼ਲ ਨਹੀਂ ਹੈਗੀ ਮੈਂ ਜਿੰਨੇ ਕੇਸ ਲਾ ਰਿਹਾ ਸਾਰੇ ਵੀਜ਼ੇ ਲੈ ਮਹੀਨੇ ਦਾ ਇੱਕ ਵੀਜ਼ਾ ਤਾਂ ਨਹੀਂ ਲਵਾਉਂਦੇ ਕਿੱਥੇ ਜੇ ਕਹਿੰਦੇ ਮੈਂ ਮੇਰੀ ਰਿਫਿਊਜ਼ਲ ਨਹੀਂ ਭਾਅ ਜੀ ਮੇਰਾ ਪੇਜ ਦੇਖੋ ਨਾ ਹਰ ਮਹੀਨੇ ਕਿੰਨੇ ਵੀਜ਼ੇ ਲੱਗ ਰਹੇ ਆ ਮਹੀਨੇ ਦਾ ਇੱਕ ਵੀਜ਼ਾ ਥੋੜ੍ਹੀ ਲਗਵਾ ਰਿਹਾ ਜੇ ਹਰ ਮਹੀਨੇ ਬੱਚੇ ਆਪ ਬੋਲ ਕੇ ਦੱਸ ਰਹੇ ਮੈਂ ਇਹਨਾਂ ਕੋਲੋਂ ਵੀਜ਼ਾ ਲਵਾਇਆ ਓਬਵੀਅਸਲੀ ਗੱਲ ਹੈ ਜਿਹੜਾ ਲੱਗ ਗਿਆ ਉਹ ਤਾਂ ਦਿਖਾ ਦਿੰਦੇ ਹੋ ਜਿਹਦਾ ਨਹੀਂ ਲੱਗਿਆ ਉਹ ਥੋੜੀ ਨਾ ਦਿਖਦਾ ਭਾਜੀ ਉਹ ਕਮੈਂਟ ਕਰਕੇ ਤਾਂ ਦੱਸੂਗਾ ਹੀ ਨਾ ਪੈਸੇ ਲੁੱਟਦੇ ਨੇ ਸਾਰੇ ਏਜੰਟਸ ਨੂੰ ਹੀ ਕਹਿ ਦਿੰਦੇ ਆ ਗੱਲ ਵੀ ਇਹਨਾਂ ਨੇ ਪੰਜਾਬ ਖਾਲੀ ਕਰਤਾ ਭਾਜੀ ਮੈਨੂੰ ਇੱਕ ਗੱਲ ਦੱਸੋ ਮੈਂ ਕਿਸੇ ਨੂੰ ਧੱਕੇ ਨਾਲ ਭੇਜ ਸਕਦਾ ਜਿਹਨੇ ਨਹੀਂ ਜਾਣਾ ਉਹ ਮੇਰੇ ਕੋਲ ਥੋੜੀ ਆਊਗਾ ਕਲਾਇੰਟ ਆਪ ਚੱਲ ਕੇ ਆਉਂਦਾ ਜਿਹਨੇ ਨਹੀਂ ਜਾਣਾ ਉਹਨੂੰ ਮੈਂ ਕਿੱਦਾਂ ਭੇਜ ਸਕਦਾ ਜਿਹਨੇ ਜਾਣਾ ਉਹੀ ਆਊਗਾ ਨਾ ਮੇਰੇ ਕੋਲ ਮੈਂ ਕਿਸੇ ਨੂੰ ਧੱਕੇ ਨਾਲ ਭੇਜ ਨਹੀਂ ਸਕਦਾ ਮੈਂ ਕਿਸੇ ਨੂੰ ਧੱਕੇ ਨਾਲ ਰੋਕ ਨਹੀਂ ਸਕਦਾ ਜਿਹਨੇ ਜਾਣਾ ਮੈਨੂੰ ਰੋਕ ਸਕਦਾ ਨਹੀਂ ਮੈਂ ਕਿੱਥੋਂ ਠੱਗ ਹੋਇਆ ਜਦ ਮੈਂ ਪੈਸੇ ਪਹਿਲਾਂ ਲੈ ਹੀ ਨਹੀਂ ਰਿਹਾ ਮੈਂ ਇਹ ਕਹਿ ਰਿਹਾ ਮੈਨੂੰ ਤੁਸੀਂ ਜੀ ਆਈ ਸੀ ਨਹੀਂ ਦੇਣੀ ਮੈਨੂੰ ਤੁਸੀਂ ਟਿਊਸ਼ਨ ਫੀਸ ਨਹੀਂ ਦੇਣੀ ਕੋਈ ਅੰਬੈਸੀ ਨਹੀਂ ਦੇਣੀ ਕੋਈ ਮੈਡੀਕਲ ਦੇ ਪੈਸੇ ਨਹੀਂ ਦੇਣੇ ਤੁਸੀਂ ਮੈਨੂੰ ਇੱਕ ਨਿੱਕਾ ਰੁਪਈਆ ਪਹਿਲਾਂ ਨਹੀਂ ਦੇਣਾ ਜਿੱਦਣ ਤੁਹਾਡਾ ਵੀਜ਼ਾ ਲੱਗੂਗਾ ਮੈਂ ਉਦਣ ਸਾਰੇ ਪੈਸੇ ਲਊਂਗਾ ਇਹਦੇ 'ਚ ਮੈਂ ਠੱਗ ਕਿੱਥੋਂ ਹੋ ਗਿਆ ਹਾਂ ਬਾਕੀ ਜਿਹੜੇ ਕਮੈਂਟ ਕਰਦੇ ਆ ਜੋ ਮਰਜ਼ੀ ਕਹੀ ਜਾਣ ਜੇ ਉਹਨਾਂ ਨੇ ਆਪਣੀ ਲਾਈਫ ਬਣਾਉਣੀ ਹੈ ਤਾਂ ਉਹ ਕਿਸੇ ਵੀ ਇਮੀਗ੍ਰੇਸ਼ਨ ਵਾਲੇ ਕੋਲ ਚਲ ਜਾਣਗੇ ਜੇ ਉਹਨਾਂ ਦਾ ਬਾਹਰ ਜਾਣ 'ਤੇ ਮਨ ਹੈਗਾ ਜੇ ਜਾਣਾ ਨਹੀਂ ਤਾਂ ਜੋ ਮਰਜ਼ੀ ਬੋਲੀ ਜਾਣ ਜੋ ਮਰਜ਼ੀ ਕਰੇ ਜਾਣ ਨਾ ਮੇਰੀ ਸਿਹਤ 'ਤੇ ਅਸਰ ਆ ਨਾ ਤੁਹਾਡੀ ਸਿਹਤ 'ਤੇ ਕੋਈ ਅਸਰ ਮੇਰੀ ਗੱਲ ਸੁਣੋ ਤੁਸੀਂ ਆਫਿਸ ਦੇ ਬਾਹਰ ਪੈਸਿਆਂ ਦਾ ਕੋਈ ਪੇਟ ਤਾਂ ਨਹੀਂ ਲਾਇਆ ਹੋਇਆ ਪੈਸੇ ਤੁਸੀਂ ਲੈਂਦੇ ਨਹੀਂ ਜੇ ਫੀਸ ਜੇ ਵੀਜ਼ਾ ਨਾ ਲੱਗੇ ਤਾਂ 50,000 ਰੁਪਇਆ ਵੀ ਦੇ ਦਿੰਦੇ ਹੋ ਆਪਣੇ ਪੱਲੇ ਉਹ ਫੀਸ ਭਰ ਰਹੇ ਹੋ ਆਪਣੇ ਕੰਮ ਤੇ ਭਰੋਸਾ ਹੋਣਾ ਚਾਹੀਦਾ ਨਾ ਆਪਣੇ ਪੱਲੇ ਉਹ ਜੀਆਈਸੀ ਦੇ ਰਹੇ ਹੋ ਐਡੇ ਪੈਸੇ ਦੇ ਆ ਕਿੱਥੋਂ ਰਹੇ ਨੇ ਫਿਰ ਭਾਜੀ ਆਪਣੇ ਕੰਮ ਤੇ ਭਰੋਸਾ ਹੋਣਾ ਚਾਹੀਦਾ ਮੈਨੂੰ ਆਪਣੇ ਕੰਮ ਤੇ ਭਰੋਸਾ ਮੈਂ ਜਿਹੜੀ ਫਾਈਲ ਲਾ ਰਿਹਾ ਉਹਦੇ ਵੀਜ਼ੇ ਲੈ ਰਿਹਾ ਹਾਂ ਮੈਂ ਨਹੀਂ ਕਹਿ ਰਿਹਾ ਮੈਂ ਬਹੁਤ 100 'ਚ ਫਾਈਲਾਂ ਲਾ ਰਿਹਾ ਠੀਕ ਹੈ ਮੈਂ ਮਹੀਨੇ ਦੀਆਂ ਜੇ 15-20 ਫਾਈਲਾਂ ਵੀ ਲਾਉਂਦਾ ਮੈਂ ਜਿੰਨੀਆਂ ਵੀ ਫਾਈਲਾਂ ਲਾ ਰਿਹਾ ਮੈਂ ਵੀਜ਼ੇ ਲੈ ਰਿਹਾ ਵੀਜ਼ੇ ਆਉਂਦੇ ਘੱਟ ਨੇ ਜਾਂ ਲਾਉਂਦੇ ਘੱਟ ਹੋ ਕੀ ਚੱਕਰ ਕੀ ਹੈ ਨਹੀਂ ਭਾਅ ਜੀ ਮੇਰੇ ਕੋਲ ਜਿੰਨੇ ਕੇਸ ਆਉਂਦੇ ਆ ਆਲਮੋਸਟ ਮੈਂ ਤੁਹਾਨੂੰ ਦੱਸ ਰਿਹਾ ਸਟੱਡੀ ਦੇ ਵਿੱਚ ਅਸੀਂ 100% ਟਿਲ ਡੇਟ ਸਾਡਾ ਸਕਸੈਸ ਰੇਟ ਹੈਗਾ ਵੀਜ਼ੇ ਲੈ ਰਹੇ ਹਾਂ ਵਿਜ਼ਟਰ ਦੇ ਵਿੱਚ ਜ਼ਰੂਰ ਕਹਿ ਲਓ ਤੁਸੀਂ ਸਾਡੇ 90% ਸਕਸੈਸ ਰੇਟ ਹੈਗਾ 10% ਰਿਫਿਊਜ਼ ਵੀ ਹੁੰਦੇ ਆ ਮੈਂ ਨਹੀਂ ਕਹਿੰਦਾ ਰਿਫਿਊਜ਼ ਨਹੀਂ ਹੁੰਦੇ ਬਟ ਜਿਹੜੇ ਰਿਫਿਊਜ਼ ਹੁੰਦੇ ਅਸੀਂ ਉਹਨਾਂ ਨੂੰ ਰੀਪਲਾਈ ਕਰਦੇ ਹਾਂ ਅਸੀਂ ਉਹਨਾਂ ਨੂੰ ਛੱਡਦੇ ਨਹੀਂ ਹੈਗੇ ਕਲਾਇੰਟ ਕੋਲ ਜੇ ਟਾਈਮ ਹੈਗਾ ਸਾਨੂੰ ਟਾਈਮ ਦੇਵੇ ਅਸੀਂ ਉਹਨੂੰ ਰੀਪਲਾਈ ਕਰਕੇ ਦੁਬਾਰਾ ਲੈ ਕੇ ਦੇਵਾਂਗੇ ਹਾਂ ਬਾਕੀ ਜਿਹਦਾ ਦਾਣਾ ਪਾਣੀ ਨਹੀਂ ਲਿਖਿਆ ਅਤੇ ਮੈਂ ਕੋਈ ਰੱਬ 'ਤੇ ਹੈ ਨਹੀਂਗਾ